ਇਬਾਦਤਗਾਹ ਦੀ ਬਿਲਕੁਲ ਉਹਨਾਂ ਨੂੰ ਪਰਵਾਹ ਨਹੀਂ ਹੈਗੀ। ਇੱਥੇ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀਆਂ ਨੇ ਤੇ ਇਸ ਹੱਦ ਤੱਕ ਗੱਲ ਪਹੁੰਚ ਚੁੱਕੀ ਹੈ ਕਿ ਹੁਣ ਤਾਂ ਨੱਚਣ ਵਾਲੀਆਂ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਨੇ। ਇੱਕ ਮਹੀਨੇ ਤੱਕ ਦਾ ਸਾਨੂੰ ਟਾਈਮ ਦਿੱਤਾ, ਜਿਹੜੀਆਂ ਵੀ ਲੜਕੀਆਂ ਨੇ ਸਾਡੀਆਂ ਭੈਣਾਂ ਨੇ ਅਸੀਂ ਹੱਥ ਜੋੜ ਕੇ ਗੁਜ਼ਾਰਿਸ਼ ਕੀਤੀ ਹੁਣ ਕਿ ਵੀਡੀਓ ਜਿਹੜੀ ਬਣਾਈਆਂ ਨੇ ਉਹ ਡਿਲੀਟ ਕਰ ਦਿੱਤੀਆਂ ਜਾਣ। ਅਗਰ ਉਹਨਾਂ ਨੇ ਇੱਦਾਂ ਨਹੀਂ ਕੀਤਾ ਤਾਂ ਹੁਣ ਜਿਹੜੀ ਵੀਡੀਓ ਨਵੀਂ ਬਣੂਗੀ ਤਾਂ ਅਸੀਂ ਫੌਰਨ ਉੱਤੇ ਕਾਰਵਾਈ ਕਰਵਾਵਾਂਗੇ ਔਰ ਐਕਸ਼ਨ ਲਵਾਂਗੇ, ਅਸੀਂ ਪਰਚਾ ਦਰਜ ਕਰਾਵਾਂਗੇ। ਅਸੀਂ ਮੈਨੇਜਮੈਂਟ ਨੂੰ ਵੀ ਗੁਜ਼ਾਰਿਸ਼ ਕੀਤੀ ਹੈ ਕਿ ਈਦਗਾਹ ਦੇ ਵਿੱਚ ਕੈਮਰੇ ਪ੍ਰੋਪਰ ਲਗਾਏ ਜਾਣ। ਤੁਸੀਂ ਦੇਖ ਸਕਦੇ ਹੋ ਕਿਤੇ ਵੀ ਇੱਕ ਵੀ ਕੈਮਰਾ ਨਹੀਂ ਹੈਗਾ ਔਰ ਇੱਥੇ ਜਦੋਂ ਅਸੀਂ ਵੈਰੀਫਾਈ ਕੀਤਾ, ਤਹਿਕੀਕ ਕੀਤੀ ਹੈ ਤਾਂ ਐਸੀਆਂ ਗੱਲਾਂ ਸਾਹਮਣੇ ਆਈਆਂ ਨੇ ਜੋ ਅਸੀਂ ਕੈਮਰੇ ਅੱਗੇ ਨਹੀਂ ਕਹਿ ਸਕਦੇ। ਮਲੇਰਕੋਟਲਾ ਦੀ ਖੂਬਸੂਰਤ ਏਸ਼ੀਆ ਦੀ ਸਭ ਤੋਂ ਵੱਡੀ ਈਦਗਾਹ ਦੇ ਵਿੱਚ ਮੌਜੂਦ ਹਾਂ ਅਤੇ ਤਸਵੀਰਾਂ ਈਦਗਾਹ ਦੀਆਂ ਨੇ ਕਿ ਇਹ ਖੂਬਸੂਰਤ ਇਸ ਕਰਕੇ ਬਣਾਈ ਗਈ ਹੈ ਤਾਂ ਜੋ ਲੋਕ ਇੱਥੇ ਸਾਲ ਦੇ ਦੋ ਵਾਰ ਵੱਡੇ ਤਿਉਹਾਰਾਂ 'ਤੇ ਮੁਸਲਿਮ ਭਾਈਚਾਰੇ ਦੇ ਈਦ ਅਤੇ ਬਕਰਾ ਈਦ ਨੂੰ ਆ ਕੇ ਨਮਾਜ਼ ਅਦਾ ਕਰ ਸਕਣ, ਦੁਆ ਕਰ ਸਕਣ। ਪਰ ਕੁਛ ਲੋਕ ਅਜਿਹੇ ਨੇ ਜੋ ਹਰ ਥਾਂ ਧਾਰਮਿਕ ਸਥਲਾਂ ਨੂੰ ਆਪਣੇ ਮਨੋਰੰਜਨ ਦਾ ਸਾਧਨ ਜਾਂ ਮਨੋਰੰਜਨ ਦੀ ਥਾਂ ਬਣਾ ਲੈਂਦੇ ਨੇ। ਜੀ ਹਾਂ, ਇੱਥੇ ਆ ਕੇ ਰੀਲਾਂ ਬਣਾਉਣ ਦਾ ਕੰਮ, ਗਾਣੇ ਲਗਾ ਕੇ ਨੱਚਣ ਦਾ ਕੰਮ ਕੀਤਾ ਜਾਂਦਾ ਹੈ ਜੋ ਕਿ ਹੁਣ ਇੱਥੋਂ ਦੇ ਸਮਾਜ ਸੇਵੀ ਨੌਜਵਾਨਾਂ ਵੱਲੋਂ ਨਾ ਕਾਬਲੇ ਬਰਦਾਸ਼ਤ ਹੈ। ਕਈ ਵਾਰ ਸਮਝਾਇਆ ਪਰ ਅਜਿਹਾ ਨਹੀਂ ਕੀਤਾ ਗਿਆ ਅਤੇ ਗੱਲਬਾਤ ਕਰਨ ਲਈ ਵਸੀਮ ਸ਼ੇਖ ਹੁਣੀ ਸਾਡੇ ਨਾਲ ਨੇ, ਗੱਲਬਾਤ ਕਰ ਲੈਂਦੇ ਹਾਂ। ਜੀ ਵਸੀਮ ਸਾਹਿਬ, ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਜਿਵੇਂ ਕਿ ਤੁਸੀਂ ਦੱਸਿਆ ਜੀ ਕਿ ਏਸ਼ੀਆ ਦੀ ਸਭ ਤੋਂ ਖੂਬਸੂਰਤ ਜਿਹੜੀ ਈਦਗਾਹ ਹੈ, ਈਦਗਾਹ ਦੇ ਨਾਲ ਨਾਲ ਸਾਡੀ ਇਬਾਦਤਗਾਹ ਹੈ, ਕਿਉਂਕਿ ਸਾਲ ਦੇ ਵਿੱਚ ਦੋ ਨਮਾਜ਼ਾਂ ਈਦ ਉਲ ਅਜ਼ਹਾ ਔਰ ਈਦ ਉਲ ਫਿਤਰ ਦੀ ਨਮਾਜ਼ ਇੱਥੇ ਪੜ੍ਹੀ ਜਾਂਦੀ ਹੈ ਔਰ ਹਜ਼ਾਰਾਂ ਤਾਦਾਦ ਦੇ ਵਿੱਚ ਸੁੱਖਾ ਜੀ ਲੋਕ ਇੱਥੇ ਨਮਾਜ਼ ਪੜ੍ਹਦੇ ਨੇ। ਹਿੰਦੁਸਤਾਨ ਦੀ ਬਿਹਤਰੀ ਲਈ, ਹਿੰਦੁਸਤਾਨ ਦੀ ਲਈ ਦੁਆਵਾਂ ਕਰਦੇ ਨੇ, ਆਪਣੇ ਗੁਨਾਹਾਂ ਦੀ ਬਖਸ਼ਿਸ਼ ਲਈ ਦੁਆਵਾਂ ਕਰਦੇ ਨੇ ਔਰ ਸ਼ਹਿਰ ਦੇ ਲੋਕਾਂ ਲਈ ਦੁਆਵਾਂ ਕਰਦੇ ਨੇ। ਇਹ ਸਾਡੀ ਕੀ ਇਬਾਦਤ ਗਾਹ ਹੈ, ਪਰ ਦੇਖਣ ਦੇ ਵਿੱਚ ਆਇਆ ਕੁਛ ਕਾਫੀ ਲੰਬੇ ਸਮੇਂ ਤੋਂ ਇੱਥੇ ਮਲੇਰਕੋਟਲੇ ਦੇ ਵਿੱਚ, ਮਲੇਰਕੋਟਲੇ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਗੁੰਮਰਾਹ ਹੋ ਚੁੱਕੀਆਂ ਨੇ ਅਤੇ ਇਬਾਦਤਗਾਹ ਦੀ ਬਿਲਕੁਲ ਉਹਨਾਂ ਨੂੰ ਪਰਵਾਹ ਨਹੀਂ ਹੈਗੀ। ਇੱਥੇ ਵੀਡੀਓ ਬਣਾ ਕੇ ਵਾਇਰਲ ਕੀਤੀ ਜਾਂਦੀਆਂ ਨੇ ਅਤੇ ਇਸ ਹੱਦ ਤੱਕ ਗੱਲ ਪਹੁੰਚ ਚੁੱਕੀ ਹੈ ਕਿ ਹੁਣ ਤਾਂ ਨੱਚਣ ਵਾਲੀਆਂ ਵੀਡੀਓ ਵੀ ਸਾਹਮਣੇ ਆ ਚੁੱਕੀਆਂ ਨੇ। ਸਾਨੇ ਕੁਛ ਟਾਈਮ ਪਹਿਲਾਂ ਇੱਕ ਮੈਸੇਜ ਵਾਇਰਲ ਕੀਤਾ ਸੀ ਜਿਹਦੇ ਵਿੱਚ ਸਾਨੇ ਗੁਜ਼ਾਰਿਸ਼ ਕੀਤੀ ਸੀ ਕਿ ਇਹ ਇੱਕ ਇਬਾਦਤਗਾਹ ਹੈ ਜਿਹੜੀ ਵੀ ਵੀਡੀਓ ਬਣਾਈਆਂ ਡਿਲੀਟ ਕੀਤੀਆਂ ਜਾਣ। ਪਰ ਕੱਲ੍ਹ ਅਸੀਂ ਈਦਗਾਹ ਦੇ ਵਿੱਚ ਬੈਠ ਕੇ ਪ੍ਰੋਪਰ ਇੱਕ ਮੀਟਿੰਗ ਕੀਤੀ ਹੈ, ਮੀਟਿੰਗ ਦੇ ਵਿੱਚ ਇਹ ਫੈਸਲਾ ਲਿਆ ਕਿਉਂਕਿ ਰਮਜ਼ਾਨ ਦਾ ਮਹੀਨਾ ਆ ਰਿਹਾ ਥੋੜ੍ਹੇ ਟਾਈਮ ਬਾਅਦ। ਇੱਕ ਮਹੀਨੇ ਤੱਕ ਦਾ ਸਾਨੂੰ ਟਾਈਮ ਦਿੱਤਾ, ਜਿਹੜੀਆਂ ਵੀ ਲੜਕੀਆਂ ਨੇ ਸਾਡੀਆਂ ਭੈਣਾਂ ਨੇ ਅਸੀਂ ਹੱਥ ਜੋੜ ਕੇ ਗੁਜ਼ਾਰਿਸ਼ ਕੀਤੀ ਹੁਣ ਕਿ ਵੀਡੀਓ ਜਿਹੜੀ ਬਣਾਈਆਂ ਨੇ ਉਹ ਡਿਲੀਟ ਕਰ ਦਿੱਤੀਆਂ ਜਾਣ। ਅਗਰ ਉਹਨਾਂ ਨੇ ਇੱਦਾਂ ਨਹੀਂ ਕੀਤਾ ਤਾਂ ਹੁਣ ਜਿਹੜੀ ਵੀਡੀਓ ਨਵੀਂ ਬਣੂਗੀ ਤਾਂ ਅਸੀਂ ਫੌਰਨ ਉੱਤੇ ਕਾਰਵਾਈ ਕਰਵਾਵਾਂਗੇ ਔਰ ਐਕਸ਼ਨ ਲਵਾਂਗੇ, ਅਸੀਂ ਪਰਚਾ ਦਰਜ ਕਰਾਵਾਂਗੇ, SSP ਸਾਹਿਬ ਨੂੰ ਮਿਲਾਂਗੇ। ਅਸੀਂ ਮੈਨੇਜਮੈਂਟ ਨੂੰ ਵੀ ਗੁਜ਼ਾਰਿਸ਼ ਕੀਤੀ ਹੈ ਕਿ ਈਦਗਾਹ ਦੇ ਵਿੱਚ ਕੈਮਰੇ ਪ੍ਰੋਪਰ ਲਗਾਏ ਜਾਣ। ਤੁਸੀਂ ਦੇਖ ਸਕਦੇ ਹੋ ਕਿਤੇ ਵੀ ਇੱਕ ਵੀ ਕੈਮਰਾ ਨਹੀਂ ਹੈਗਾ ਔਰ ਇੱਥੇ ਜਦੋਂ ਅਸੀਂ ਵੈਰੀਫਾਈ ਕੀਤਾ, ਤਹਿਕੀਕ ਕੀਤੀ ਹੈ ਤਾਂ ਐਸੀਆਂ ਗੱਲਾਂ ਸਾਹਮਣੇ ਆਈਆਂ ਨੇ ਜੋ ਅਸੀਂ ਕੈਮਰੇ ਅੱਗੇ ਨਹੀਂ ਕਹਿ ਸਕਦੇ। ਅਸੀਂ ਸ਼ਹਿਰ ਦੇ ਉਲਮਾ ਇਕਰਾਮ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ, ਸ਼ਹਿਰ ਦੇ ਮੋਹਤਰ ਬੰਦਿਆਂ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਈਦਗਾਹ ਵੱਲ ਧਿਆਨ ਦਿੱਤਾ ਜਾਵੇ ਔਰ ਈਦਗਾਹ ਦੇ ਵਿੱਚ ਪ੍ਰੋਪਰ ਕਮੇਟੀ ਬਣਾ ਕੇ ਮੈਂਬਰਸ਼ਿਪ ਲਈ ਜਾਵੇ। ਅਗਰ ਪਰ ਪਰਸਨ ਹਜ਼ਾਰ ਹਜ਼ਾਰ ਬੰਦਾ ਵੀ ਦਿੰਦਾ ਤਾਂ ਲੱਖਾਂ ਦੀ ਤਾਦਾਦ ਵਿੱਚ ਰੁਪਏ ਇਕੱਠੇ ਹੋ ਜਾਣਗੇ। ਸਾਨੂੰ ਕਿਸੇ ਮੰਤਰੀ ਤੋਂ, ਕਿਸੇ ਵੀ ਲੀਡਰ ਤੋਂ ਪੈਸੇ ਮੰਗਣ ਦੀ ਜ਼ਰੂਰਤ ਨਹੀਂ ਪੈਣੀ। ਅਗਰ ਮੁੱਖ ਮੰਤਰੀ ਸਾਹਿਬ ਆਉਂਦੇ ਨੇ ਅਸੀਂ ਵੈਲਕਮ ਕਰਦੇ ਹਾਂ, ਮੁਸਲਮਾਨ ਕੌਮ ਉਹਨਾਂ ਦਾ ਵੈਲਕਮ ਕਰਦੀ ਹੈ, ਸਾਨੂੰ ਮੰਗਣ ਦੀ ਜ਼ਰੂਰਤ ਹੀ ਨਹੀਂ। ਸਾਡੇ ਕੋਲ ਫੰਡ ਇੰਨਾ ਅਰੇਂਜ ਹੋਣਾ ਚਾਹੀਦਾ। ਅਗਰ ਸਰਕਾਰ ਸਾਨੂੰ ਫੰਡ ਦਿੰਦੀ ਹੈ ਤਾਂ ਵੈਲ ਐਂਡ ਗੁੱਡ ਹੈ, ਨਹੀਂ ਦਿੰਦੇ ਅਸੀਂ ਆਪ ਫੰਡ ਅਰੇਂਜ ਕਰੀਏ। ਅਸੀਂ ਕਿਉਂ ਇੱਥੇ ਬੇਅਦਬੀ ਕਰਵਾ ਰਹੇ ਹਾਂ? ਅਤੇ ਇਹਦੇ ਵਿੱਚ ਉਹ ਵੀ ਲੋਕ ਜ਼ਿੰਮੇਵਾਰ ਨੇ ਜੋ ਉੱਥੇ ਦੇ ਨਿਗਰਾਨ ਨੇ, ਅਸੀਂ ਉਹਨਾਂ ਨੂੰ ਵੀ ਗੁਜ਼ਾਰਿਸ਼ ਕਰਦੇ ਹਾਂ ਕਿ ਈਦਗਾਹ ਵੱਲ ਧਿਆਨ ਦਿੱਤਾ ਜਾਵੇ। ਅਗਰ ਨਹੀਂ ਦਿਓਗੇ ਤਾਂ ਨੈਕਸਟ ਸਾਡਾ ਸਟੈਪ ਬੜਾ ਸਟਰੋਂਗ ਹੋਣਾ, ਅਸੀਂ ਕਾਰਵਾਈ ਕਰਵਾਵਾਂਗੇ। ਈਦਗਾਹ ਕਮੇਟੀ ਨੂੰ ਮਿਲਿਓ, ਈਦਗਾਹ ਕਮੇਟੀ ਨੂੰ ਅਸੀਂ ਮਿਲਣਾ, ਅਸੀਂ ਉਹਨਾਂ ਨਾਲ ਮੀਟਿੰਗ ਕਰਨੀ ਹੈ। ਅਸੀਂ ਮੀਟਿੰਗ ਕਰਕੇ ਇਹੀ ਗੁਜ਼ਾਰਿਸ਼ ਕਰਨੀ ਹੈ ਕਿ ਈਦਗਾਹ ਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਕੈਮਰੇ ਲਗਵਾਏ ਜਾਣ,
ਚੱਪੇ ਚੱਪੇ ਦੇ ਕੈਮਰੇ ਲਵਾਏ ਜਾਣ। ਕੈਮਰਾ ਲਗਾਉਣ ਤੋਂ ਬਾਅਦ ਇੱਕ ਰੂਲ ਬਣਾਇਆ ਜਾਵੇ, ਅਗਰ ਕੋਈ ਈਦਗਾਹ ਦੇ ਵਿੱਚ ਆਉਂਦਾ, ਕੋਈ ਸੈਰ ਕਰਨ ਆਉਂਦਾ, ਕੋਈ ਦੇਖਣ ਆਉਂਦਾ ਈਦਗਾਹ, ਕਿਉਂਕਿ ਈਦਗਾਹ ਏਸ਼ੀਆ ਦੀ ਖੂਬਸੂਰਤ ਮਸਜਿਦ ਆ, ਦੇਸ਼ ਵਿਦੇਸ਼ਾਂ ਦੇ ਲੋਕ ਆਉਂਦੇ ਨੇ, ਉਹਦਾ ਰੂਲ ਬਣਾਇਆ ਜਾਵੇ ਕਿ ਈਦਗਾਹ ਦੇ ਵਿੱਚ ਆ ਕੇ ਐਂਟਰੀ ਕਰਕੇ ਕੋਈ ਵੀਡੀਓ ਇੱਦਾਂ ਦੀ ਨਾ ਬਣਾਈ ਜਾਵੇ, ਅਸ਼ਲੀਲ ਵੀਡੀਓ, ਕਿ ਜਿਹਦੇ ਨਾਲ ਸਾਡੀਆਂ ਧਾਰਮਿਕ ਭਾਵਨਾ ਠੇਸ ਪਹੁੰਚੇ। ਹਾਂ, ਕੋਈ ਆਉਂਦਾ, ਕੋਈ ਐਕਸਰਸਾਈਜ਼ ਕਰਨ ਆਉਂਦਾ, ਸੈਰ ਕਰਨ ਆਉਂਦਾ, ਉਹ ਆ ਸਕਦਾ। ਇਹਦੇ ਵਿੱਚ ਰੂਲ ਬਣਨਾ ਚਾਹੀਦਾ ਕਿ ਸਵੇਰੇ ਨੂੰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਖੁੱਲੇਗੀ ਜਾਂ ਸ਼ਾਮ ਨੂੰ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ, ਸਾਡੀ ਇਹੀ ਗੁਜ਼ਾਰਿਸ਼। ਕੈਮਰੇ ਲੱਗਣੇ ਜ਼ਰੂਰੀ ਨੇ, ਕੈਮਰੇ ਲੱਗਣੇ ਤਾਂ ਬਹੁਤ ਜ਼ਿਆਦਾ ਜ਼ਰੂਰੀ ਨੇ, ਕਿਉਂਕਿ ਜਿੰਨੇ ਵੀ ਧਾਰਮਿਕ ਸਥਾਨ ਨੇ, ਚਾਹੇ ਹਿੰਦੁਸਤਾਨ ਹੈ ਚਾਹੇ ਪੰਜਾਬ ਦੇ ਵਿੱਚ, ਕੋਈ ਐਸਾ ਧਾਰਮਿਕ ਸਥਾਨ ਜਿੱਥੇ ਕੈਮਰਾ ਨਾ ਲੱਗਿਆ ਹੋਵੇ, ਕਿਉਂਕਿ ਅਕਸਰ ਦੇਖਣ ਦੇ ਵਿੱਚ ਉਹਨਾਂ ਜਿਹੜੇ ਸ਼ਰਾਰਤੀ ਅਨਸਰ ਨੇ ਤਾਂ ਧਾਰਮਿਕ ਸਥਾਨਾਂ ਨੂੰ ਹਮੇਸ਼ਾ ਉਹ ਟਾਰਗੇਟ ਬਣਾਉਂਦੇ ਨੇ। ਕੈਮਰਾ ਤਾਂ ਬਹੁਤ ਜ਼ਰੂਰੀ ਹੈ, ਕਿ ਪ੍ਰਸ਼ਾਸਨ ਵਾਰ ਵਾਰ ਅਪੀਲ ਕਰ ਰਿਹਾ ਕਿ ਕੈਮਰੇ ਲਵਾਏ ਜਾਣ, ਅਗਰ ਈਦਗਾਹ ਕਮੇਟੀ ਕੈਮਰੇ ਨਹੀਂ ਲਵਾ ਸਕਦੀ ਤਾਂ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ, ਅਸੀਂ ਸ਼ਹਿਰ ਦੇ ਵਿੱਚ ਅਸੀਂ ਫੰਡ ਅਰੇਂਜ ਕਰਕੇ ਅਸੀਂ ਈਦਗਾਹ ਵਿੱਚ ਸਾਰੇ ਕੈਮਰੇ ਲਵਾ ਸਕਦੇ ਹਾਂ, ਜਿਹਦੇ ਨਾਲ ਕ੍ਰਾਈਮ 'ਤੇ ਕੰਟਰੋਲ ਪਊਗਾ। ਅਸਲਾਮ ਵਾਲੇਕੁਮ, ਮਨੀਰ ਹੈ ਮੇਰਾ ਨਾਮ, ਮੁਹੰਮਦ ਮਨੀਰ, ਅਤੇ ਅਸੀਂ ਕੁਛ ਕੁ ਦਿਨ ਪਹਿਲਾਂ ਗੁਰਦੁਆਰੇ ਗਏ ਸੀ ਅਤੇ ਉੱਥੇ ਮੁੰਡੇ ਵੀਡੀਓ ਬਣਾ ਰਹੇ ਸੀ, ਫੋਟੋਆਂ ਖਿੱਚ ਰਹੇ ਸੀ, ਜਿਹੜਾ ਉੱਥੇ ਦਾ ਆਪਣੇ ਉਹਨਾਂ ਦਾ ਮੈਂਬਰ ਕੋਈ ਬਣਾਇਆ ਹੋਇਆ ਸੀ, ਅਤੇ ਉਹ ਕਹਿੰਦੇ ਵੀ ਵੀਡੀਓ ਨਾ ਬਣਾਓ ਨਾ ਆਪਣੀਆਂ ਫੋਟੋਆਂ ਖਿੱਚੋ, ਵੀ ਤੁਸੀਂ ਫਿਰ ਉੱਪਰ ਨੈੱਟ 'ਤੇ ਲਾ ਕੇ ਗਾਣੇ ਗੁਣੇ ਲਾ ਕੇ ਤੁਸੀਂ ਪਾ ਰਹੇ ਹੋ, ਅਤੇ ਸਾਡਾ ਇਬਾਦਤ ਗਾਹ ਹੈ, ਸਾਡੀ ਈਦਗਾਹ ਹੈ, ਉਰੇ ਲੋਕ ਸ਼ਰਿਆਮ ਵੀਡੀਓ ਫੋਟੋਆਂ ਬਣਾ ਰਹੇ ਨੇ, ਖਿੱਚ ਰਹੇ ਨੇ, ਲੇਕਿਨ ਬਹੁਤ ਗਲਤ ਗੱਲ ਹੈ, ਉਹਨਾਂ ਨੂੰ ਮਾੜਾ ਮੋਟਾ ਦੇਖਣਾ ਚਾਹੀਦਾ ਵੀ ਅਸੀਂ ਇੱਥੇ ਨਾ ਫੀਡ ਆਪਣੇ ਵੀਡੀਓ ਫੋਟੋ ਨਾ ਬਣਾਈਏ ਅਤੇ ਨਾ ਉਹਦੇ ਉੱਪਰ ਗਾਣੇ ਲਾਈਏ। ਇਹ ਬਹੁਤ ਜ਼ਿਆਦਾ ਬੇਹੂਦੀ ਹੋ ਰਹੀ ਹੈ, ਔਰ ਅੱਲਾ ਦੇ ਘਰ ਦੇ ਵਿੱਚ ਉਹਨਾਂ ਨੂੰ ਮਾੜਾ ਜਿਹਾ ਧਿਆਨ ਦੇਣਾ ਚਾਹੀਦਾ। ਏਸ਼ੀਆ ਦੀ ਖੂਬਸੂਰਤ ਈਦਗਾਹ, ਜਿੱਥੇ ਦੋ ਵਾਰ ਵੱਡੀ ਨਮਾਜ਼ ਅਦਾ ਹੁੰਦੀ ਹੈ, ਬਕਰਾ ਈਦ ਅਤੇ ਈਦ ਦੀ ਨਮਾਜ਼, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਨੇ ਇੱਕ ਦੂਸਰੇ ਦੇ ਗਲ ਲੱਗ ਕੇ ਈਦ ਦੀ ਵਧਾਈ ਅਤੇ ਮੁਬਾਰਕਬਾਦ ਦਿੰਦੇ ਨੇ, ਅਤੇ ਸੂਬੇ ਦੇ ਮੁੱਖ ਮੰਤਰੀ ਜਾਂ ਫਿਰ ਕੈਬਨਿਟ ਮੰਤਰੀ ਵੀ ਇੱਥੇ ਆ ਕੇ ਪੰਜਾਬ ਦੇ ਹੀ ਨਹੀਂ ਦੇਸ਼ਾਂ ਵਿਦੇਸ਼ਾਂ ਦੇ ਮੁਸਲਿਮ ਭਾਈਚਾਰੇ ਨੂੰ ਈਦ ਦੀ ਮੁਬਾਰਕਬਾਦ ਪੇਸ਼ ਕਰਦੇ ਨੇ। ਪਰ ਇਸ ਖੂਬਸੂਰਤ, ਹਾਲਾਂਕਿ ਬਹੁਤ ਵਧੀਆ ਧਿਆਨ ਰੱਖਿਆ ਗਿਆ ਇੱਥੇ, ਖੂਬਸੂਰਤ ਮੇਨਟੇਨ ਕੀਤੀ ਗਈ ਹੈ, ਇਸ ਚੀਜ਼ ਦੀ ਪ੍ਰੋਪਰ ਕੰਮ ਹੋ ਰਿਹਾ, ਪਰ ਕਿਤੇ ਨਾ ਕਿਤੇ ਲੋਕ ਆਪਣੀ ਜ਼ਿੰਮੇਵਾਰੀ ਤੋਂ ਭਟਕ ਰਹੇ ਨੇ। ਅੱਜ ਇਸ ਤੇਜ਼ ਤਰਾਰ ਅਤੇ ਡਿਜੀਟਲ ਜ਼ਮਾਨੇ ਦੇ ਵਿੱਚ ਲੋਕ ਇਸ ਨੂੰ ਮਨੋਰੰਜਨ ਦਾ ਸਾਧਨ, ਮਨੋਰੰਜਨ ਦੀ ਥਾਂ ਸਮਝ ਕੇ ਇੱਥੇ ਰੀਲਾਂ ਬਣਾਉਂਦੇ ਨੇ, ਮਿਊਜ਼ਿਕ 'ਤੇ ਡਾਂਸ ਕਰਦੇ ਨੇ, ਉਹ ਭਾਵੇਂ ਲੜਕੇ ਨੇ ਜਾਂ ਇਹ ਲੜਕੀਆਂ ਨੇ, ਪਰ ਅਜਿਹਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇਕਰ ਆਪਾਂ ਧਰਮ ਸਥਲਾਂ ਦੀ ਗੱਲ ਕਰੀਏ ਤਾਂ ਹਰ ਥਾਂ 'ਤੇ ਲਿਖਿਆ ਹੋਇਆ ਕਿ ਇੱਥੇ ਵੀਡੀਓਗ੍ਰਾਫੀ ਕਰਨੀ ਜਾਂ ਫਿਰ ਰੀਲਾਂ ਬਣਾਉਣੀਆਂ ਅਤੇ ਪਾਬੰਦੀ ਹੈ, ਅਤੇ ਕਮੇਟੀ ਨੂੰ ਵੀ ਗੁਜ਼ਾਰਿਸ਼ ਕੀਤੀ ਹੈ ਇਹਨਾਂ ਨੌਜਵਾਨਾਂ ਨੇ ਕਿ ਉਹ ਵੀ ਧਿਆਨ ਦੇਣ ਅਤੇ ਇੱਥੇ ਬੋਰਡ ਲਗਾਉਣ, ਸਾਈਨ ਬੋਰਡ, ਤਾਂ ਜੋ ਉੱਥੇ ਲਿਖਿਆ ਹੋਵੇ ਕਿ ਇੱਥੇ ਵੀਡੀਓਗ੍ਰਾਫੀ ਕਰਨੀ ਜਾਂ ਵੀਡੀਓ ਫੋਟੋਆਂ 'ਤੇ ਗਾਣੇ ਲਾ ਕੇ ਸੋਸ਼ਲ ਮੀਡੀਆ 'ਤੇ ਪਾਉਣੇ ਪਾਬੰਦੀ ਆ, ਜੇਕਰ ਅਜਿਹਾ ਹੁੰਦਾ ਤਾਂ ਕਾਰਵਾਈ ਕੀਤੀ ਜਾਵੇਗੀ। ਸਭ ਤੋਂ ਵੱਡੀ ਗੱਲ ਕੈਮਰੇ, ਜੀ ਹਾਂ, ਨਿਗਰਾਨੀ ਦੇ ਲਈ ਕੈਮਰੇ ਲਗਾਉਣ ਦੀ ਵੀ ਅਪੀਲ ਕੀਤਾ ਗਿਆ ਨੌਜਵਾਨਾਂ ਵੱਲੋਂ ਕੀਤੀ ਗਈ ਹੈ, ਅਤੇ ਕਿਹਾ ਗਿਆ ਕਿ ਕਾਨੂੰਨੀ ਸਲਾਹ ਲੈ ਕੇ ਕਾਨੂੰਨੀ ਕਾਰਵਾਈ ਵੀ ਉਹਨਾਂ ਲੋਕਾਂ ਦੀ ਕਰਾਈ ਜਾਵੇਗੀ ਜੇ ਲੋਕ ਇੱਥੇ ਆ ਕੇ ਬੇਅਦਬੀ ਕਰਦੇ ਪਾਏ ਗਏ। ਮਲੇਰਕੋਟਲਾ ਤੋਂ ਸੁੱਖਾ ਖੇੜੀ ਵਾਲਾ।